ਕੱਲ ਵਲੌਗ ਤਾਂ ਨਹੀਂ ਸੀ ਆਇਆ ਕਿਉਂਕਿ ਕੱਲ੍ਹ ਆਪਾਂ ਜਿਹੜਾ ਕੱਲ੍ਹ ਵਾਲਾ ਵਲੌਗ ਮਤਲਬ ਤੁਸੀਂ ਅੱਜ ਦੇਖ ਰਹੇ ਹੋ ਇਹ ਵਾਲਾ ਵਲੌਗ ਆਪਾਂ ਕੱਲ੍ਹ ਹੀ ਨਹੀਂ ਅਪਲੋਡ ਕੀਤਾ, ਇਹ ਆਪਾਂ ਅਗਲੇ ਦਿਨ ਅਪਲੋਡ ਕਰ ਰਹੇ ਹਾਂ, ਮਤਲਬ ਆਪਾਂ ਅੱਜ ਅਪਲੋਡ ਕਰ ਰਹੇ ਹਾਂ। ਅਰੇ ਕਹਿਣਾ ਕਿਆ ਚਾਹਤੇ ਹੋ ਮਤਲਬ ਤੁਸੀਂ ਸਮਝ ਗਏ ਹੋਵੋਗੇ ਵੀ ਅਸੀਂ ਇੱਕ ਦਿਨ ਪਿੱਛੇ ਚੱਲ ਰਹੇ ਹਾਂ। ਹਾਂ, ਹੁਣ ਅਸੀਂ ਇੱਕ ਦਿਨ ਪਿੱਛੇ ਚੱਲਿਆ ਕਰਾਂਗੇ ਕਿਉਂਕਿ ਨਹੀਂ ਫਿਰ ਨਾ ਵਲੌਗ ਰੋਜ਼ ਰਾਤ ਨੂੰ ਆਪਾਂ ਅਰਾਊਂਡ 8 ਸਾਢੇ 8 ਪੌਣੇ 9 ਅਪਲੋਡ ਕਰਦੇ ਸੀਗੇ। ਹੁਣ ਆਪਾਂ ਫਿਰ ਬੈਕ ਟੂ ਬੇਸਿਕਸ ਵਲੌਗ ਸ਼ਾਮ ਦੇ 7 ਵਜੇ ਕਰੂਗਾ। ਸੋ ਆਪਣਾ ਮਿਸ਼ਨ ਨਾ ਭੁੱਲਿਓ, ਆਪਾਂ 2023 ਤੋਂ ਪਹਿਲਾਂ 2 ਲੱਖ ਸਬਸਕ੍ਰਾਈਬਰ ਕਰਨਾ ਹੁਣ ਤੁਸੀਂ ਕਰੋ ਕੱਲ ਵਾਲਾ ਵਲੌਗ ਇੰਜੋਏ। ਪਿਛਲੇ 2 ਦਿਨਾਂ ਤੋਂ ਮੋਟਰ 'ਤੇ ਹੀ ਰਹਿੰਦੇ ਸੀਗੇ, ਉੱਥੇ ਫਿਰ ਚਾਹ ਪੀਣ ਦੀ ਆਦਤ ਪੈ ਗਈ, ਅੱਜ ਤੋਂ ਫਿਰ ਚਾਹ ਬੰਦ ਹੈ, ਅੱਜ ਤੋਂ ਸਿਰਫ ਫਰੂਟਸ। ਮੈਂ ਵੀ ਆਪਦੇ ਲਈ ਖਾਣ ਲਈ ਇੱਕ ਗ੍ਰਿਲਡ ਬਰਗਰ ਲੈ ਲਿਆ ਸੀ ਛੋਟਾ ਜਿਹਾ, ਅਤੇ ਉਦੋਂ ਬਾਅਦ 'ਚ ਥੋੜ੍ਹਾ ਜਿਹਾ ਨਗਟਸ ਵੀ ਖਾ ਲਿਆ ਅਤੇ ਥੋੜ੍ਹੇ ਜਿਹੇ 2 ਫਰਾਈਜ਼ ਵੀ ਖਾ ਲਏ ਅਤੇ ਇੱਕ ਕੋਲਡ ਕਾਫੀ ਵੀ ਪੀ ਲਈ। ਕੱਲ ਸਾਰੀ ਦਿਹਾੜੀ ਬੱਦਲਬਾਈ ਵਾਲਾ ਤੇ ਕਲਾਹਾਂ ਜਿਹਾ ਮੌਸਮ ਸੀਗਾ, ਤੇ ਅੱਜ ਪੂਰਾ ਬ੍ਰਾਈਟ ਐਂਡ ਕਲੀਅਰ। ਹੋਪਫੁਲੀ ਅੱਜ ਆਪਣੀ ਥੋੜੀ ਬਹੁਤੀ ਕਣਕ ਤਾਂ ਬੀਜੀ ਜਾਊਗੀ। ਪਿਛਲੇ ਸਾਲ ਤਾਂ ਮੇਰੇ ਆਹ ਕੋਟੀ ਪੂਰੀ ਟੈਟ ਟੈਟ ਜੀ ਸੀਗੇ, ਇਸ ਵਾਰੀ ਪੂਰੀ ਕੰਫਰਟੇਬਲ ਆ। ਅਤੇ ਇਹ ਨਾ ਕੋਟੀ ਦੀ ਵੀ ਇੱਕ ਸਟੋਰੀ ਆ, ਇਹ ਕੋਟੀ ਮੈਂ ਲਈ ਸੀ ਹਰਸ਼ ਬੈਨੀਪਲ, ਇੱਕ ਯੂਟਿਊਬਰ ਹੈ ਨਾ, ਉਹਦੇ ਪਾਈ ਹੁੰਦੀ ਸੀਗੀ। ਅਤੇ ਉਦੋਂ ਨਾ ਸਾਰੇ ਜਿਹੜੇ ਯੂਟਿਊਬਰ ਹੁੰਦੇ ਸੀ ਆਲਮੋਸਟ ਜੈਕ ਐਂਡ ਜੋਨਸ ਤੋਂ ਸ਼ੋਪਿੰਗ ਕਰਦੇ ਸੀਗੇ। ਅਤੇ ਮੈਂ ਜਦੋਂ ਵੀ ਜੈਕ ਐਂਡ ਜੋਨਸ ਜਾਂਦਾ ਸੀਗਾ, ਜੇ ਕਿਸੇ ਵੀ ਯੂਟਿਊਬਰ ਦੇ ਹਿੰਦੀ ਯੂਟਿਊਬਰ ਦੇ ਕੱਪੜੇ ਪਾਏ ਹੁੰਦੇ ਸੀ, ਮੈਂ ਉਹ ਲੈ ਲੈਂਦਾ ਸੀਗਾ। ਆਹ ਮੈਂ ਹਰਸ਼ ਬੈਨੀਪਲ ਦੇਖ ਕੇ ਪਾਈ ਸੀ, ਜਿਹੜੀ ਪਿਛਲੇ ਸਾਲ ਤੁਸੀਂ ਮੇਰਾ ਕੋਟ ਬਹੁਤ ਫੇਮਸ ਕੀਤਾ ਸੀ ਹਰਾ ਕੋਟ, ਉਹ ਮੁੰਬਈ ਕਨੈਕਟ ਦੇਖ ਕੇ ਪਾਇਆ ਸੀ। ਇਸ ਵੇਰੀ ਵੀ ਤੁਹਾਨੂੰ ਕਮੈਂਟ ਆਉਂਦੇ ਆ, ਬਾਈ ਤੁਹਾਡੀ ਹਰੀ ਜੈਕਟ ਹਲੇ ਤੱਕ ਦੇਖੀ ਨਹੀਂ, ਕੋਈ ਨਹੀਂ ਦੇਖੋਗੇ, ਜ਼ਰੂਰ ਦੇਖੋਗੇ, ਇੱਥੋਂ ਧੁੱਪ ਲਾਉਣਾ ਪਾਰਟੀ ਪਰ ਆਊਗੀ ਜ਼ਰੂਰ, ਕਿਉਂਕਿ ਹਲੇ ਥੋੜੀ ਜਿਹੀ ਠੰਡ ਘੱਟ ਆ, ਹਲੇ ਉਹ ਪੈਣੀ ਨਹੀਂ ਹੈਗੀ। ਅੱਜ ਜੀ ਚਲੋ ਜੀ, ਕਦੇ ਕਦੇ ਮੈਂ ਜਜ਼ਬਾਤਾਂ 'ਚ ਬਾਹਲਾ ਬਹਿ ਜਾਂਦਾ। ਮੈਂ ਕਹਿਣਾ ਤਾਂ ਮੈਂ ਇਹ ਸੀਗਾ ਕਿ ਮੈਂ ਹੁਣ ਇਸ ਵਾਰੀ ਦਿਨੋਂ ਦਿਨ ਕੁਝ ਜ਼ਿਆਦਾ ਹੀ ਪਤਲਾ ਹੋ ਰਿਹਾ, ਅੱਜ ਮੈਂ ਨਾ ਕੋਟੀ ਉਈ ਪਾ ਕੇ ਦੇਖਣ ਲੱਗ ਗਿਆ। ਪਿਛਲੇ ਸਾਲ ਤਾਂ ਮੈਂ ਜਦੋਂ ਕੋਟੀ ਪਾਉਂਦਾ ਸੀ ਮੇਰੇ ਪੂਰੀ ਫਸੀ ਪਈ ਸੀ, ਇਹ ਆਈ ਟੀ ਮੈਂ ਬਹੁਤ ਕੰਫਰਟੇਬਲ ਲੱਗ ਰਿਹਾ। ਪਤਲੇ ਹੋਣਾ ਹੀ ਆ, ਕੁਛ ਖਾਂਦੇ ਤਾਂ ਹੈ ਨਹੀਂ, ਰਾਤ ਮਾੜਾ ਜਿਹਾ ਸਾਗ ਖਾ ਲਿਆ, ਸਵੇਰੇ ਫੇਰ ਉਹੀ ਕੰਮ ਫੜ ਲਿਆ ਜੀ, ਮੇਰੇ ਇੱਥੇ ਕੁਛ ਹੋ ਰਿਹਾ। ਇਗਨੋਰ ਕਰੋ, ਮੈਂ ਤੁਹਾਨੂੰ ਇੱਕ ਗੱਲ ਸਮਝਾਉਣੀ ਸੀ, ਉਹ ਗੱਲ ਇਹ ਆ ਕਿ ਨਾ ਕਈ ਵਾਰੀ ਮੈਂ ਨਾ ਕੱਲ੍ਹ ਵਾਲੀ ਵੀਡੀਓ ਮੈਂ ਐਂਡ 'ਚ ਵੀ ਕਿਹਾ ਸੀ ਨਾ, ਕੱਲ੍ਹ ਮੈਨੂੰ ਦੋ ਤਿੰਨ ਕੀ ਕਾਫੀ ਕਮੈਂਟ ਆਏ, ਕਹਿੰਦਾ ਬਾਈ ਅੱਜ ਤਾਂ ਯਾਰ ਕੁੱਲ ਮਿਲਾ ਕੇ ਨਾ ਤੂੰ 2-3 ਗੱਲਾਂ ਦੇ ਲੈਕਚਰ ਹੀ ਦਿੱਤਾ ਵਾ। ਉਹ ਕਦੇ ਕਦੇ ਮੈਂ ਜਵਾਤਾਂ 'ਚ ਬਹਿ ਜਾਂਦਾ ਯਾਰ, ਜਿਹੜੀ ਚੀਜ਼ ਕੰਮ ਦੀ ਹੁੰਦੀ ਉਹ ਰੱਖ ਲਿਆ ਕਰੋ, ਬਾਕੀ ਇਗਨੋਰ ਕਰ ਦੇਣਾ। ਹੁਣ ਉਹ ਦਿਨ ਆ ਗਏ ਕਿ ਇਹਨੂੰ ਵੀ ਥੋੜ੍ਹਾ ਥੋੜ੍ਹਾ ਗਰਮ ਕਰਨਾ ਪੈਂਦਾ ਵਾ, ਇਹ ਤੋਰਦਿਆਂ ਬੰਦ ਹੋ ਜਾਂਦਾ। ਵੇਟ ਫੋਰ 2 ਮਿੰਟਸ। ਅੱਜ ਮੌਸਮ ਇਜ਼ ਵੈਰੀ ਗੁੱਡ। ਆਰਾਮ ਵਾਲੀ ਚਾਹ ਪੀ ਲਾ, ਪਵਨ ਤਾਂ ਆਪਦਾ ਗੋਭੀ ਵਾਲਾ ਪਰੌਂਠਾ ਬਣਾਉਣ ਲੱਗੀ ਆ, ਤੇ ਬਾਕੀ ਸਾਰਾ ਟੱਬਰ ਤਾਂ ਆਲੂ ਮਟਰ ਨੂੰ ਰੋਟੀ ਖਾ ਲੂਗਾ, ਤੇ ਕੁਛ ਟੱਬਰ ਦੇ ਵਿੱਚੋਂ ਮੈਂਬਰ ਇਹੋ ਜਿਹੇ ਨੇ ਜਿਹੜੇ ਬਿਨਾਂ ਚੋਪੜੀ ਖਾ ਲੈਣਗੇ। ਦੋ ਚਾਰ ਬੁਰਖੀਆਂ ਖਾ ਲਾਂਗੇ, ਦੋ ਪਰੌਂਠੇ, ਦੋਨਾਂ ਨੂੰ ਮੈਂ ਘਿਓ ਮੈਂ ਵੈਸੇ ਲਾਉਣਾ ਨਹੀਂ ਹੈਗਾ ਆਪਦੇ ਲਈ ਵੀ, ਬਾਅਦ ਚੋਂ ਮੱਖਣੀ ਨਾਲ ਚੁੱਕ ਲੂੰਗੀ। ਠੀਕ ਹੈ, ਤੇ ਇੱਧਰ ਆਪਣੇ ਆਲੂ ਮਟਰ ਵਾਲੇ ਮਾਰ ਰਹੇ ਆ, ਉਹ ਖੜ ਜਾ ਆਪਦੇ ਘਰ ਵਾਲੇ ਤੇ ਨਾ ਤਰਸ ਕਾਹਦੇ।
ਜਿਹੜਾ ਵਿਚਾਰੇ ਦੀ ਜੀਭ ਕਦੇ ਨਹੀਂ ਸੀ ਰੋਕਦੀ ਅੱਜ ਕੱਲ ਪੂਰੀ ਕੰਟਰੋਲ ਤੇ ਆਈ ਹੋਈ ਹੈ। पवन ने एक परौंठा तो पूरा घ्यो ला के बना लिया ते एक ते थोड़ा जा लाया घ्यो बाद च लाया घ्यो ला के मखनी लाई घ्यो थोड़ा जा ते ओ दे विच मैं दो तीन बुरखियां खा लूंगा यार जी जा करदा टाइम इज अराउंड 2:30 इन द आफ्टरनून इट्स लंच टाइम हुण दोपहर दी रोटी लैण आया सी अपने लेही वाले कणक सारी बीजी गई इधरली मोटर ते आ गए हुण रोटी लै जाइए अज तकरीबन अपनी सारी कणक बीजी जानी है कल नूं पहलां तां गड्डी नूं धवाउणा वा जो मैं वीडियो बनाउणा ना मगर आ जांदे इन्नी कु बुरी लगदी हुंदी है आ वैसे भी मूहरे ते वैसे आड़ी ढकी हुई आ थापी थुपी पर तां रख देना नहीं आ उपरों कपड़ा उड़ जांदा वा सारी गड्डी तां नहीं ढकदे फिर नहीं बजे चूहे फड़न दा डर हुंदा वा हुण मैं पानी भर लां दवाई दी कप्पी भर लिया ओए अज का टकोर करके भी देख ली कोई हल नहीं होया हुण तां इह कटाउणी पैणी आ आ चीज बाली सुजी पई है। टाइम शाम दे 4:30 बज गए मैनूं लगदा अज अपनी सारी कणक बीजी हो जाऊगी शायद मे भी 1.5-2 किले रह जाण हुण मेरा उत्थे कोई काम नहीं हैगा वैसे भी सवेर दा कोई काम नहीं सीगा कदे मैं चाह लै जांदा सी कदे रोटी लै जांदा सी कदे फिर चाह लै जांदा सीगा डैडी कोल उत्थे बिरे होणी हैगे आ सरजणा हुण इक तां पवन ने रिंग दा सारे हल कढ ले ਇਹ ਨਹੀਂ ਨਿਕਲੀ ਹੁਣ ਇਹ ਰਿੰਗ ਕਟਵਾ ਕੇ ਲਿਆਉਣੀ ਹੈ ਬਟ ਉਦੋਂ ਪਹਿਲਾਂ ਮੰਮੀ ਅੱਜ ਪੰਜੀਰੀ ਧਰੀ ਬੈਠੀ ਆ ਉਹ ਕਹਿੰਦੀ ਮੈਨੂੰ ਕਾਜੂ ਲਿਆ ਕੇ ਦਿਓ ਉਹ ਮੈਂ ਕਿੱਧਰ ਕਿੱਧਰ ਜਾਵਾਂ ਕਿੱਧਰ ਕਿੱਧਰ ਢਿੱਡ ਭਰਾਂ ਮੈਂ ਦੱਸੋ ਇੱਧਰ ਮੈਂ ਮੋਟਰ ਤੇ ਜਾਂਦਾ ਘਰੋਂ ਫੋਨ ਆ ਜਾਂਦਾ ਘਰੇ ਆਉਣਾ ਮੋਟਰ ਤੋਂ ਫੋਨ ਆ ਜਾਂਦਾ ਹੁਣ ਮੈਂ ਕਹਿ ਕਹਿੰਦੀ ਮੈਂ ਮੰਡੀ ਚੱਲਿਆ ਤੇ ਕਹਿੰਦਾ ਹੁਣ ਤਾਂ ਮੈਨੂੰ ਸ਼ਾਮ ਨੂੰ 7 ਵਜੇ ਪਹਿਲਾਂ ਲੋੜ ਨਹੀਂ ਤੇਰੀ 7 ਵਜੇ ਲੋੜ ਪਊ ਮੈਂ ਹਲੇ ਤੱਕ ਨਾ ਗੱਡੀ ਤੇ ਕੋਟਿੰਗ ਨਹੀਂ ਕਰਾਈ ਇੱਕ ਝਰੀਟ ਉਰੇ ਪੈ ਗਈ ਇੱਕ ਝਰੀਟ ਇੱਥੇ ਪੈ ਗਈ ਇੱਕ ਝਰੀਟ ਪੈ ਗਈ ਇੱਥੇ ਕੋਈ ਨਹੀਂ 5-4 ਹੋਰ ਪੈ ਲੈਣ ਦੋ ਫੇਰ ਕਰਾ ਲਈ ਕਿਹਾ ਫੇਰ ਕਰਾ ਲਿਓ ਫੇਰ ਸੋਹਣੀ ਵੱਧ ਲੱਗੂ ਨਾਲੇ ਹੁਣ ਜਿੱਦਣ ਟਾਈਮ ਮਿਲਿਆ ਉਦੋਂ ਹੀ ਕਰਾਵਾਂਗੇ ਵੈਸੇ ਵੀ ਮੈਂ ਤੁਹਾਨੂੰ ਦੱਸਿਆ ਹੀ ਆ ਮੈਂ ਚੌਣ ਵਾਲੇ ਪੈਸੇ ਡਿੱਗਦਾ ਸੀਗਾ ਉਹ ਤੂੰ ਮੇਰੇ ਨਹੀਂ ਰੀਸ ਕਾਤੇ ਕਰਦੀ ਹੁੰਨੀ ਆ ਕਿਹੜੀ ਰੀਸ ਕੀਤੀ ਆ ਦੇਖ ਜਿਵੇਂ ਕੱਪੜੇ ਮੈਂ ਪਾਇਆ ਉਵੇਂ ਤੈਂ ਪਾ ਲੇ ਹੈਲੋ ਕਾਲੀ ਜੈਕਟ ਚਿੱਟੀ ਟੀ-ਸ਼ਰਟ ਉਵੇਂ ਐਡੀਡਾਸ ਦਾ ਪਜਾਮਾ ਹੈਲੋ ਤੁਹਾਡੇ ਤੋਂ ਪਹਿਲਾਂ ਮੈਂ ਤਿਆਰ ਹੋਈ ਹੋਈ ਸੀ ਤੁਸੀਂ ਮੇਰੀ ਰੀਸ ਕੀਤੀ ਆ ਮੈਂ ਤੁਹਾਡੀ ਨਹੀਂ ਕੀਤੀ ਹੈਗੀ ਹਾਂ ਬੜੇ ਸ਼ਤਾਨ ਹੋ ਰਹੇ ਹੋ ਓ ਜੀ ਓ ਜੀ ਓ ਜੀ ਚਲੋ ਇੱਕ ਸਾਡੇ ਬੂਟਾਂ ਦਾ ਹੀ ਫਰਕ ਹੈ ਮੈਂ ਬਲੂ ਸ਼ੂ ਪਾਈ ਫਿਰਦੀ ਆ ਪਿੰਦਰ ਦੇ ਬਲੈਕ ਪਾਏ ਯੈਸ ਹੁਣ ਪਹਿਲਾਂ ਆਪਾਂ ਚੱਲੀਏ ਪਿਕ ਐਂਡ ਮੂਵ ਪਿਕ ਐਂਡ ਮੂਵ ਤੋਂ ਕਾਜੂ ਛੋਟੀ ਲੈ ਜੀ ਕੋਲਗੇਟ ਮਤਲਬ ਘਰ ਦੀ ਸ਼ਾਪਿੰਗ ਕਰਕੇ ਫਿਰ ਆਪਾਂ ਚੱਲਦੇ ਆ ਸ਼ਾਂਪ ਕਟਾਉਣ ਪਿਕ ਐਂਡ ਮੂਵ ਤੋਂ ਤਾਂ ਆਪਾਂ ਸਮਾਨ ਲੈ ਲਿਆ ਹੁਣ ਪਹਿਲਾਂ ਜਾਵਾਂਗੇ ਘਰੇ ਇਹ ਸਮਾਨ ਘਰੇ ਰੱਖਾਂਗੇ ਫਿਰ ਉਸ ਤੋਂ ਬਾਅਦ ਆਪਾਂ ਜਾਵਾਂਗੇ ਮੰਡੀ 1000 ਦੇ ਵਿੱਚੋਂ ਸਿਰਫ 5 ਰੁਪਏ ਬਚੇ ਇਹਦਾ ਕੋਈ ਚਾਕਲੇਟ ਲੈ ਆਉਂਦੇ ਅੰਜਾ ਦਾ ਚਾਕਲੇਟ ਵੀ ਨਹੀਂ ਆਉਂਦਾ ਜੀ ਚਲੋ ਵੇ ਹੁਣ ਆਪਾਂ ਚੱਲੀਏ ਲੈ ਮਾਤਾ ਇਹਦੇ ਵਿੱਚੋਂ ਆਪਦੇ ਕੰਮ ਦੀ ਚੀਜ਼ਾਂ ਰੱਖ ਲਿਓ ਬਾਕੀ ਕੱਢ ਦਿਓ ਆ ਹੁਣ ਕੜਾਹੀ ਲਹਾਉਣੀ ਤਾਂ ਨਹੀਂ ਹੈ ਅੱਜ ਤੂੰ ਮੈਨੂੰ ਪੁੱਛਿਆ ਸੀਗਾ ਨਾ ਵੀ ਆਪਾਂ ਇੰਨੀ ਛੇਤੀ ਪਿੱਕਣ ਨੂੰ ਤੂੰ ਸਮਾਨ ਕਿਵੇਂ ਲੈ ਲਿਆ ਜੇ ਆਪਾਂ ਉੱਥੇ ਲੇਟ ਹੋ ਜਾਂਦੇ ਨਾ ਪੰਜੀਰੀ ਥੱਲੇ ਲੱਗਣੀ ਸੀ ਓ ਪੂਰੇ ਟਾਈਮ ਤੇ ਘਰੇ ਪਹੁੰਚੇ ਮੰਮੀ ਵੇਟ ਕਰ ਰਹੀ ਸੀ ਗੇਟਾਂ ਲਈ ਦੇਖ ਰਹੀ ਸੀ ਵੀ ਕੋਈ ਆਵੇ ਹੈ ਹਾਂ ਬਾਬੇ ਨੇ ਆਪਾਂ ਨੂੰ ਛੇਤੀ ਨੇ ਮੁੜਿਆ ਅੱਜ ਵੀ ਚਲੋ ਥੋੜੀ ਮਾਂ ਠੀਕ ਦੇ ਘਰੇ ਤੁਹਾਨੂੰ ਨਹੀਂ ਤਾਂ ਵਿਚਾਰੀ ਮੰਮੀ ਦੀ ਮਿਹਨਤ ਤੇ ਪਾਣੀ ਫਿਰ ਜਾਣਾ ਜੋ ਬਾਲੀ ਰੜ ਜਾਣੀ ਸੀ ਹਾਂ ਚਲੋ ਕੋਈ ਨੂੰ ਸੜਕ ਨੀਵੀਂ ਨੀਵੀਂ ਜਿਹੀ ਲੱਗਦੀ ਅੱਜ ਹਾਂ ਅੱਜ ਫਿਰ ਤੁਸੀਂ ਇੱਥੇ ਗੇੜੇ ਵੱਧ ਲਾਏ ਨੇ ਤਾਂ ਕਰਕੇ ਗੇੜੇ ਕੱਟ ਕੱਟ ਕੇ ਨੀਵੀਂ ਕਰਦੇ ਹਾਂ ਪਿੰਦਰ ਨੇ ਸੜਕ 'ਚ ਟੋਏ ਪਾ ਦੇ ਚਲੋ ਵਧੀਆ ਗੱਲ ਹੈ ਵੀ ਬਈ ਇਧਰਲੀ ਮੋਟਰ ਤੋਂ ਚਲੇਗੇ ਡੈਡੀ ਹੋਣੀ ਉਹ ਤਾਂ ਦੁਪਹਿਰ ਤੇ ਗਏ ਆ ਜੀ ਆਪਣੀ ਤੁਹਾਨੂੰ ਜਿਵੇਂ ਪਤਾ ਹੈ ਕਿ ਇੱਧਰ ਮੋਟਰ ਆ ਇੱਧਰ ਕਣਕ ਬੀਜੀ ਗਈ ਹੁਣ ਉੱਧਰ ਗਏ ਹੋਣੇ ਡੈਡੀ ਨੇ ਦੂਜੇ ਪਾਸੇ ਕਈ ਗੇਰੀ ਸਾਡੇ ਕੋਲ ਇੰਨੀਆਂ ਕੁ ਗੱਲਾਂ ਹੁੰਦੀਆਂ ਨੇ ਸਾਡਾ ਵੀਡੀਓ ਕੱਟਣ ਨੂੰ ਨਹੀਂ ਜੀ ਕਰਦਾ ਹੁੰਦਾ ਹੈਗਾ ਕਈ ਗੇਰੀ ਸਾਡੇ ਕੋਲ ਗੱਲਾਂ ਹੀ ਨਹੀਂ ਹੁੰਦੀਆਂ ਸਾਡਾ ਵੀਡੀਓ ਸ਼ੁਰੂ ਕਰਨ ਨੂੰ ਨਹੀਂ ਜੀ ਕਰਦਾ ਹੈਗਾ ਹੁਣ ਅਸੀਂ ਪਿੰਡ ਤੋਂ ਲੈ ਕੇ ਡੇਲੋ ਵੀ ਟੱਪੇ ਆਏ ਪਰ ਅਸੀਂ ਕੋਈ ਵੀ ਕਲਿੱਪ ਨਹੀਂ ਲਈ ਹੈਗੀ ਹਲੇ ਤੱਕ ਕਈ ਗੱਲ ਆਉੜੀ ਹੋਈ ਨਹੀਂ ਮਿੱਤਰੋ ਬਸ ਆਹੀ ਗੱਲ ਆਉੜੀ ਸੀ ਬੈਠੀ ਨੂੰ ਮੈਂ ਕਿਹਾ ਚੱਲ ਇਹੀ ਕਹਿ ਲਈਏ ਤੇ ਚਲੋ ਫਿਰ ਹੁਣ ਆਪਾਂ ਮੰਡੀ ਨੂੰ ਚੱਲਦੇ ਹਾਂ ਅਸੀਂ ਗੱਲਾਂ ਬਹੁਤ ਕੀਤੀਆਂ ਹਾਂ
ਮੈਂ ਕਿਹਾ ਪਪਲਰ ਕੁਝ ਬਾਹਰਲਾ ਖਾਣ ਨੂੰ ਜੀ ਕਰਦਾ ਇਹਨੇ ਮੈਨੂੰ ਬਹੁਤ ਆਪਸ਼ਨਾਂ ਕਰਾਈਆਂ ਤੂੰ ਆਹ ਖਾ ਸਕਦਾ ਤੂੰ ਆਹ ਖਾ ਸਕਦਾ ਬਸ ਗੱਲਾਂ ਗੱਲਾਂ ਚ ਆ ਪੂਰਾ ਕਰ ਲੈ ਖਾ ਤਾਂ ਕੁਝ ਨਹੀਂ ਸਕਦੇ ਚੱਲ ਝੂਠਾ जिथे मतलब जिम्मे उतने मैं क्या मैं खूह च डिगूगी पिछे डिगन गए भी लो भी आप मंडी अंधगढ़ पहुंच गए सब तो पहला ना पवन दी आगे रिंग कटारी इधर मुड़ जाने अज असी जाना वा सुनहरिया की गली सानू है ना मंडी आके दो सुनहरे पैंदे आ पवन उन्होंने सुनहरे होर सी कैंड तो साडे पंधेर खिड़ी आले होर ने तीन चार दिन हो गया रोज ट्राई कर दिन जिन्ना टाइम तुसी वीडियो च देखिया ना बस उन्ना ही टाइम लग्या सानू सेकंड दा काम सीगा सानू चार दिन हो गए शाम पण मेरे हाथ च होणे मेरे हवाले आ हुण मैं दा कुछ मर्जी करा पवन दी उंगली दा हाल देखो नील पिया पिया अच्छा नील पै गया ए कल दे थोड़े ही काम ने कदे धागे ना कुटती कदे रिंग फड़ के खिच के चल कोई ना हुण कोई रिंग नहीं पौणी ते समोसे छोले भटूरे बहुत स्वाद होंगे साल असी बहुत ही घट ट्रैवल किया वा पिछले सात अठ महीने तो मैं लगता किया ही एक अद्धी बारी होना वा नहीं विआह तो बाद असी बहुत घूमे हुए कदे किधर नूं चले जाणा कदे किधर नूं चले जाणा हुण मैं लगता गाहां वाले साल ही मिड तो बाद मे बी घूमना शुरू होगा ना मतलब साडे दोनों इकट्ठिआं दा मतलब मैं तां चल घूमदा रहूंगा अच्छा मतलब कई जने कहिंदे घर आले व्लॉग ही वधिया लगदे आ ਉਹ ਗੱਲ ਠੀਕ ਆ ਜਿਆ ਜਿਆ ਬਟ ਸਾਨੂੰ ਘੁੰਮਣਾ ਵਧੀਆ ਲੱਗਦਾ ਫਿਰ ਨਾਲੇ ਤੁਸੀਂ ਘੁੰਮਦੀ ਹੋਨੇ ਹੁੰਨੇ ਆ ਨਾਲੇ ਸਾਡੀ ਵੀਡੀਓ ਬਣ ਜਾਂਦੀ ਆ ਨਾਲੇ ਟ੍ਰਾਂਸਪੋਰਟ ਹੋਏ ਨਾਲੇ ਜਿਵੇਂ ਆਪਾਂ ਕਿਸੇ ਵੀ ਡੈਸਟੀਨੇਸ਼ਨ ਤੇ ਜਾਂਦੇ ਆ ਉੱਥੇ ਜਾਣ ਨਾਲੋਂ ਸਾਨੂੰ ਗੱਡੀ 'ਚ ਟਰੈਵਲ ਕਰਨਾ ਸਫ਼ਰ 'ਚ ਵੱਧ ਨਜ਼ਾਰਾ ਹੁੰਦਾ ਨਾ ਕਿ ਮੰਜ਼ਿਲ ਤੇ ਪਹੁੰਚ ਕੇ ਸਹੀ ਬਾਤ ਹੈ ਵੈਸੇ ਇੱਕ ਹਾਵਤ ਵੀ ਮੈਂ ਸੁਣੀ ਸੀ ਕਦੇ ਜੋ ਸਫ਼ਰ 'ਚ ਸਵਾਦ ਆ ਨਾ ਉਹ ਮੰਜ਼ਿਲ ਦਾ ਸਵਾਦ ਨਹੀਂ ਹੁੰਦਾ ਵਾਹ ਵਾਹ पकौड़े पकूड़े बना ला फिर मेरा घर आला कह दिंदा वा हुण जान जान के बना के खांदी आ हुण रैप कहना मेरा खाण नूं जी नहीं करदा उत्थे जाके तुसीं ऐ करियो उहनां नूं कहो विचों पनीर कढ लिओ हुण रैप मैनूं दे दो यार मैं ना पाया कहूंगा ते मैं आइसक्रीम खा लूं थोड़ी आइसक्रीम खा लिओ थोड़ी जी हट जा आइसक्रीम खा के दंद जोड़ दे पहले इक जार चटूआ जा पिंदा जांदा चलो कोई चलो हुण आपां चलिए रियली मिस दोस डेज जो आए जाते जाते किसी ढाबे से खड़ जाते फिर चाह पीते रोटी खाते क्या नज़ारा सी
जे शिमले वाल नू जाना फिर भी मैकड़ी खाना या दिल्ली वाल नू जाना फिर भी मैकड़ी खाना रास्ते नाल घट आउंदा मैकड़ी उधर थोड़ा जिहा घट आ उधर जयपुर साइड ताले मिल जांदा वा हां ही मिलना चलो मैं भी आप दिल्ली खाने लिए एक ग्रिल्ड बर्गर ले लिया छोटा जिहा तो उस बाद थोड़ा जहा नगट्स भी खा लिया तो थोड़ा जहा दो फ्राइज भी खा लिया तो एक घुट कोल्ड कॉफी भी पी ली बस और कुछ नहीं बाकी कुछ है भी नहीं हो रहा सा ही कुछ नहीं अगर मैं जो नैकड़ी आता सी कि भी आता सी मतलब नेरी बंद हिंदा सी हाँ हूँ कहीं रहना भी इतने हूँ तो सर बस साफ कर देना सी बट हूँ कंट्रोल हूँ मेरे मुँह सर कुछ ठीक आ बट फिर भी मैं कंट्रोल रखना मेरा ना भार घट रहा मैंने वधिया लग रहा कि मैं हूँ थोड़ा जहा होर भार कढ़ा ला कि पता ब्याह तक मेरे ब्याह वाला कोट पेंट आई जाए मैं लगता सानू घट्टो घट्ट 4 साल हो गया मैकड़ी तो आंदा नू बट अज असीं पहली बार ना अंदर बह खाधा वा नहीं असीं हमेशा ड्राइव थ्रू निकल जाने वैसे भी कदे कदे ना बाहर खा के एक गुड वाइब आउंदी पॉजिटिव फीलिंग आउंदी नहीं बंदा बस घरे ओही मतलब घर भी वधिया यार दोनों गल्लां वधिया वैसे कहण दी इह गल्लां ने पिंदर घरे दा कंट्रोल कर लैंदे आ बाहर आके इन्हां ने एक भी चीज नहीं खाणो छड्डी मतलब ये नहीं भी खाधी वाधा विच ही मेरे रैप चो दो दंदिया वढ के विच नगेट्स खा के ते आपदा जिहड़ा बर्गर एक इन्हां ने लिता सी ग्रिल्ड वह भी खा लिया ते आ मैं पैरी पैरी फ्राइज लितियां सी ये भी खा के फटाफट विच दी चलो कोई नहीं यार देख चार पांच फ्राइज खाधियां ने सिर्फ गिनती फिर मैं तुहानू ये थोड़ा कहा मैं भी ते इही कहा वा भी नगेट खाधा इन्हां ने दो दंदियां रैप दियां ने ਹਾਂ ਉਹ ਵੀ ਐਂਡ ਜੇ ਤੇ ਸਾਰਾ ਪਨੀਰ ਜਿਹੜਾ ਵਿੱਚੋਂ ਸੀ ਉਹ ਤਾਂ ਮੈਂ ਖਾ ਲਿਆ ਸੀਗਾ ਐਡੇ ਸਰੀਰ ਨੂੰ ਵੈਜੀਸ ਵੀ ਸਹੀਆਂ ਕੱਲੀਆਂ ਚਲ ਕੋਈ ਨਹੀਂ ਯਾਰ ਜੀ ਤਾਂ ਹਰੇਕ ਦਾ ਹੀ ਕਰਦਾ ਪਿੰਦਰ ਹੁਣ ਜੇ ਮੇਰਾ ਕੁਝ ਬੰਦ ਹੋਊਗਾ ਤੁਸੀਂ ਖਾਓਗੇ ਓਬਵੀਅਸ ਮੇਰਾ ਵੀ ਤਾਂ ਜੀ ਕਰੂਗਾ ਨਹੀਂ ਮੇਰਾ ਬੰਦ ਤਾਂ ਨਹੀਂ ਹੈਗਾ ਮੈਂ ਤਾਂ ਹੁਣ ਉਹ ਹੀ ਕੰਟਰੋਲ ਕਰਦਾ ਕਿ ਬਸ ਠੀਕ ਆ ਮਤਲਬ ਵੀ ਉਹ ਤਾਂ ਹੁਣ ਮੈਂ ਸਾਰਾ ਦੁਬਾਰਾ ਕਰਾ ਕੇ ਆਇਆ ਮੈਂ ਟੈਸਟ ਤਾਂ ਨਾਰਮਲ ਆ ਨਹੀਂ ਤੁਸੀਂ ਆਪਦੀ ਸਿਹਤ ਦੇ ਲਈ ਭਾਈ ਉਹ ਕਰ ਰਹੇ ਹੋ ਫਿਕਰ ਹੋ ਤੁਹਾਡੀ ਸਿਹਤ ਨੂੰ ਤੁਹਾਨੂੰ ਆ ਹਾਂ ਬਈ ਆ ਕਾਹਨੂੰ ਯਾਰ ਕੀ ਫਾਇਦਾ जो करोना आया ना काफी चीजा चेंज आई सी जो करोना चलिया गया चेंज चली गई बट दो तीन चीजा मैं ऑब्जर्व कर रहा जिड़िया उदू बाद भी उमे चली जाने सब तो पहला तो ਜਿਹੜੀਆਂ ਆਪਣੇ ਜਹਾਜ਼ਾਂ ਦੀਆਂ ਟਿਕਟ ਪ੍ਰਾਈਸਿਸ ਕਰੋਨਾ ਤੋਂ ਪਹਿਲਾਂ ਜਿਹੜੀਆਂ ਜਹਾਜ਼ ਦੀਆਂ ਟਿਕਟ ਪ੍ਰਾਈਸ ਹੁੰਦੇ ਸੀ ਉਹ ਨਾਰਮਲ ਹੁੰਦੇ ਸੀਗੇ ਜਦੋਂ ਕਰੋਨਾ ਆ ਗਿਆ ਫਲਾਈਟਾਂ ਭਾਈ ਘੁੰਮ ਘੁੰਮ ਕੇ ਜਾਣ ਲੱਗ ਗਈਆਂ ਮੈਕਸੀਕੋ ਵੱਲ ਦੀ ਕੈਨੇਡਾ ਦੀਆਂ ਜਾਂ ਇੱਧਰ ਨੀਦਰਲੈਂਡ ਵੱਲ ਦੀ ਮਤਲਬ ਅੱਡ ਅੱਡ ਰਾਹ ਜੇ ਬਣਾ ਲਏ ਅਤੇ ਟਿਕਟਾਂ ਦਾ ਪ੍ਰਾਈਸ ਚਲਿਆ ਗਿਆ ਤਾਂ ਉਹਨੂੰ ਪੌਣੇ 2 ਲੱਖ 2 ਲੱਖ ਅਤੇ ਜਦੋਂ ਹੁਣ ਕਰੋਨਾ ਚਲਿਆ ਗਿਆ ਪਤੰਦਰਾਂ ਦੇ ਟਿਕਟਾਂ ਦੇ ਪ੍ਰਾਈਸ ਹਲੇ ਵੀ ਨਹੀਂ ਘਟਾਏ ਹੁਣ ਸਿੱਧੀ ਡਾਇਰੈਕਟ ਜਾਂਦੀ ਆ ਫਿਰ ਵੀ ਪ੍ਰਾਈਸ ਉਹਨਾਂ ਨੇ ਲਾ ਲਿਆ ਸਾਹਿਬ ਵੀ ਜਿਨ੍ਹਾਂ ਨੇ ਜਾਣਾ ਜਿਨ੍ਹਾਂ ਨੇ ਆਉਣਾ ਉਹਨਾਂ ਦਾ ਪੈਸੇ ਦੇ ਹੀ ਦੇਣੇ ਆ ਚੱਕੀ ਚੱਲੋ ਫੁੱਟੇ ਅਤੇ ਦੂਜਾ ਜਿਹੜਾ ਮੈਂ ਅਬਜ਼ਰਵ ਕੀਤਾ ਜਦੋਂ ਕਰੋਨਾ ਆਇਆ ਸੀ ਨਾ ਮੈਕੜੀ ਦੇ ਵਿੱਚ ਆਪਣੇ ਸਟਰੋ ਦੇਣੇ ਬੰਦ ਕਰਤੇ ਸੀ ਮਤਲਬ ਜੇ ਕੋਕਾ ਕੇ ਪੀਣਾ ਪੈਪ ਦੇਣੇ ਬੰਦ ਕਰਤੇ ਸੀਗੇ ਹੁਣ ਕਰੋਨਾ ਚੱਲਿਆ ਗਿਆ ਪਤੰਦਰ ਹਲੇ ਵੀ ਪੈਪਾਂ ਨਹੀਂ ਦਿੰਦੇ ਹੈਗੇ ਸਹੀ ਗੱਲ ਅੱਜ ਦਿੱਤੀ ਨਹੀਂ ਉਹਨਾਂ ਨੇ ਹੋਰ ਉਹ ਬੰਦਾ ਹੁਣ ਜੇ ਉਹ ਪੀਂਦਾ ਨਾ ਕਾਫੀ ਜਿਵੇਂ ਅੱਜ ਕੋਲਡ ਕਾਫੀ ਸੀਗੀ ਕਾਫੀ ਬਾਅਦ 'ਚ ਆਉਂਦੀ ਆ ਬਰਫ਼ ਮੂੰਹ 'ਚ ਪਹਿਲਾਂ ਆ ਜਾਂਦੀ ਆ ਚਲੋ ਅੱਜ ਦਿਨ ਕਦੋਂ ਲੰਘਿਆ ਦਿਨ ਦਾ ਪਤਾ ਹੀ ਲੱਗਿਆ ਸਾਰੀ ਦਿਹਾੜੀ ਭੱਜ ਦੌੜ 'ਚ ਹੀ ਲੰਘ ਗਈ ਜਿਵੇਂ ਨਾ ਆਪਣੇ ਘਰਾਂ 'ਚ ਕਹਿੰਦੇ ਹੁੰਦੇ ਆ ਨਾ ਕਿ ਅੱਜ ਤਾਂ ਢੂਹੀ ਸਿੱਧੀ ਕਰਨ ਦਾ ਵੀ ਟਾਈਮ ਨਹੀਂ ਮਿਲਿਆ ਬਿਲਕੁਲ ਉਹ ਜਿਹਾ ਦਿਨ ਸੀਗਾ ਸੋ ਜੇ ਵਲੌਗ ਵਧੀਆ ਲੱਗਾ ਵਲੌਗ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਸੋਨਾ ਜਾ ਕਮੈਂਟ ਜ਼ਰੂਰ ਕਰਿਓ ਹੁਣ ਜਿਹੜਾ ਪਵਨ ਬਰਗਰ ਬਰਗਰ ਖਾ ਕੇ ਆਈ ਸੀ ਨਾ ਹੁਣ ਵਧੀਆ ਕੰਮ ਕੁੰਮ ਕਰੂਗੀ ਸਾਰਾ ਕੁਝ ਹਜਮ ਹੋ ਜੂ ਚੰਗਾ ਜੀ ਮਿਲਦੇ ਫਿਰ ਆਪਾਂ ਤੁਹਾਨੂੰ ਅਗਲੀ ਗਰੀ ਮੈਂ ਮਾੜੀ ਸੈਰ ਕਰ ਲਾਂ ਚਲੋ ਜੀ ਬਾਏ ਬਾਏ ਸੈਰ ਵੀ ਜ਼ਰੂਰੀ ਹੈ ਜ਼ਿੰਦਗੀ 'ਚ ਨਾਲੇ ਨਾਲੇ ਦੁਨੀਆ ਦੀ ਨਾਲੇ ਊਂ ਸੈਰ ਕਰਨੀ ਆ ਜਾਓ ਵੀ ਸ਼ਿਰੋ ਰੋਟੀ ਖਾ ਲਓ।